स्वागत स्वागत वेख रहे हो प्रोग्राम गल्लां ते गीत। मैं अपने मिट्टी दी पहचान लिखदी हाँ, मैं अपने मिट्टी दी पहचान लिखदी हाँ। साडा सारे हिंदुस्तानियां दा कोई मज़हब नहीं, क्योंकि असी अपने नाम नाल हिंदुस्तान लिखते हाँ। वेख रहे हो प्रोग्राम गल्लां ते गीत। वतना तो लैके परदेसां तक बैठे सारे दर्शकों नूं जी आया आखते हैं जी। मैं हाँ वरुण कौर मान। ते मैं हाँ सतविंदर सिंह। और वरुण, जिवें कि तुसीं गल कीती हिंदुस्तान दी, यानी कि साडे हिंदुस्तान दी, ते साडे देश विच अलग अलग सभ्याचार ने, कल्चर ने, अलग अलग धर्म ने, पर फिर भी असीं सब लोग मिल के रहने हाँ, एक हो के रहने, यानी कि अनेकता विच एकता। सही गल है। जे पूरे विश्व दी गल करिए ता पूरा विश्व हिंदुस्तान दी इस गल दे उत्ते माण करदा है। हिंदुस्तान जाणिया ही इस नाम दे नाल जांदा है, एकता दे नाल, भाईचारे दे नाल, ते इससे दे नाल साडा जुड़िया होणा विशा साडे दर्शक समझ गए होणगे जी। और साडे दर्शक साडा अज दा विशा नोट कर लैण। ਸਾਡੇ ਦਾ ਅੱਜ ਦਾ ਵਿਸ਼ਾ ਹੈ ਜੀ, ਕੌਮੀ ਏਕਤਾ ਸਾਡੀ ਤਾਕਤ। ਅਤੇ ਦਰਸ਼ਕ ਸਾਡੇ ਨਾਲ ਸੰਪਰਕ ਕਰ ਸਕਦੇ ਨੇ। ਸਾਡੇ ਫੋਨ ਨੰਬਰ ਨੇ 0181-282-4461, 0181-282-4464। ਇਹਨਾਂ ਫੋਨ ਨੰਬਰਾਂ ਦੇ ਜ਼ਰੀਏ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਪਹੁੰਚ ਸਕਦੇ ਹੋ, ਸਾਡੇ ਨਾਲ ਗੱਲ ਕਰ ਸਕਦੇ ਹੋ, ਅਤੇ ਨਾਲੇ ਸਤਵਿੰਦਰ ਸਾਡੇ ਮਹਿਮਾਨ ਦੇ ਨਾਲ ਵੀ ਗੱਲ ਕਰ ਸਕਦੇ ਨੇ। ਹੁਣ ਦੱਸੀਏ ਫਿਰ ਮਹਿਮਾਨ ਦੇ ਬਾਰੇ। ਮਹਿਮਾਨ ਨਾਲ ਦੇਖੋ ਜੀ, 40 ਸਾਲ ਦਿੱਤੀਆਂ ਨੇ ਉਹਨਾਂ ਨੇ ਸੇਵਾਵਾਂ ਇਸ ਦੇਸ਼ ਦੇ ਨਾਮ। 40 ਸਾਲ ਦੇ ਵਿੱਚੋਂ 36 ਸਾਲ ਉਹ ਘਰੋਂ ਬਾਹਰ ਰਹੇ ਨੇ, ਸਿਰਫ 3 ਸਾਲ ਆਪਣੇ ਘਰ ਰਹੇ ਨੇ। ਜ਼ਰੂਰ ਤੁਸੀਂ ਸਮਝ ਗਏ ਹੋਵੋਗੇ ਮੈਂ ਕਿਸੇ ਮਿਲਟਰੀ ਦੇ, ਕਿਸੇ ਫੌਜ ਦੇ ਅਫਸਰ ਦੀ ਗੱਲ ਕਰ ਰਹੀ ਹਾਂ। ਅਤੇ ਉਹਨਾਂ ਨੇ ਫੌਜ ਦੇ ਵਿੱਚ BSF ਦੇ ਵਿੱਚ ਵੀ ਆਪਣੀਆਂ ਸੇਵਾਵਾਂ ਦਿੱਤੀਆਂ ਨੇ। ਮੈਂ ਗੱਲ ਕਰ ਰਹੀ ਹਾਂ ਜੀ ਕਿਹਨਾਂ ਦੀ, ਜਿਹਨਾਂ ਦੇ ਇਹ ਮੈਡਲ ਲਿਸ਼ਕ ਰਹੇ ਨੇ, ਸਾਡਾ ਦਿਲ ਕਰ ਰਿਹਾ ਉਹਨਾਂ ਨੂੰ ਸਲੂਟ ਕਰੀਏ। ਅਤੇ ਉਹਨਾਂ ਦਾ ਨਾਮ ਹੈ ਜੀ PK ਮੌਲਾ ਜੀ। ਬਹੁਤ ਬਹੁਤ ਸਵਾਗਤ ਹੈ ਕਮਾਂਡੈਂਟ ਸਾਹਿਬ ਪ੍ਰੋਗਰਾਮ ਦੇ ਵਿੱਚ। ਮੈਂ ਕਮਾਂਡੈਂਟ PK ਮੌਲਾ, ਅੱਜ ਦੂਰਦਰਸ਼ਨ ਦਾ ਬਹੁਤ ਆਭਾਰੀ ਮਹਿਸੂਸ ਕਰਨਾ ਕਿ ਮੈਨੂੰ ਤੁਸੀਂ ਅੱਜ ਟਾਈਮ ਦਿੱਤਾ ਹੈ ਆਪਣਾ ਵਿਚਾਰ ਵਟਾਂਦਰਾ ਗੱਲਬਾਤ ਕਰਨ ਵਾਸਤੇ, ਔਰ ਆਪਣੀ ਆਵਾਜ਼ ਲੋਕਾਂ ਤੱਕ ਪਹੁੰਚਾਉਣ ਵਾਸਤੇ, ਹਰ ਹਿੰਦੁਸਤਾਨੀ ਤੱਕ ਪਹੁੰਚਾਉਣ ਵਾਸਤੇ ਕਿ ਕੌਮੀ ਏਕਤਾ ਅਸੀਂ ਕਿਸ ਤਰੀਕੇ ਨਾਲ ਇਕੱਠੇ ਹੋ ਕੇ ਅੱਗੇ ਲੈ ਕੇ ਜਾਈਏ। ਔਰ ਕਮਾਂਡੈਂਟ ਸਾਹਿਬ, ਤੁਸੀਂ ਕੌਮੀ ਏਕਤਾ ਨੂੰ ਕਿਵੇਂ ਸਮਝਦੇ ਹੋ, ਕੀ ਭਾਵ ਸਮਝਦੇ ਹੋ ਕੌਮੀ ਏਕਤਾ? ਮੇਰੇ ਹਿਸਾਬ ਨਾਲ ਜੋ ਕਿ ਇੱਕ ਸੱਚਾ ਸੁੱਚਾ ਸੋਚ ਹੈ ਜੀ, ਇਹ ਘਰ ਤੋਂ ਸ਼ੁਰੂ ਹੁੰਦੀ ਹੈ। ਘਰ ਦੇ 3-4 ਜਿਹੜੇ ਮੈਂਬਰ ਹੈ, 5 ਮੈਂਬਰ, ਉਸ ਤੋਂ ਬਾਅਦ ਤੁਹਾਡੇ ਪਰਿਵਾਰ ਦੇ ਵਿੱਚ, ਉਸ ਤੋਂ ਬਾਅਦ ਤੁਹਾਡੇ ਮੁਹੱਲੇ ਦੇ ਵਿੱਚ, ਫਿਰ ਗਲੀ ਦੇ ਵਿੱਚ, ਸਟੇਟ ਦੇ ਵਿੱਚ, ਡਿਸਟ੍ਰਿਕਟ ਦੇ ਵਿੱਚ, ਕਰਦੇ ਕਰਦੇ ਜਦੋਂ ਅਸੀਂ ਕਹਾਂਗੇ ਕਿ ਬਈ ਅਸੀਂ ਹਿੰਦੁਸਤਾਨੀ ਹਾਂ, ਇਹਦਾ ਮਤਲਬ ਇਕੱਠਪਨ ਸਾਡਾ ਹਿੰਦੁਸਤਾਨ ਦਾ ਆ ਜਾਂਦਾ ਹੈਗਾ, ਇੰਡੀਆ ਦਾ ਆ ਜਾਂਦਾ ਹੈਗਾ। ਮੈਂ ਮੈਂ ਤਾਂ ਬੰਗਾਲ ਦਾ ਜੀ, ਮੈਂ ਤਾਂ ਪੰਜਾਬ ਦਾ ਜੀ। ਇਸ ਕਰਕੇ ਜੇ ਵੱਖ ਵੱਖ ਤਰੀਕੇ ਨਾਲ ਸੋਚ ਵਿਚਾਰ ਸਾਡੀ ਆਏਗੀ, ਸਾਡੀ ਕੌਮੀ ਏਕਤਾ ਨਹੀਂ ਆ ਸਕਦੀ। ਇਹ ਕੌਮ ਦੀ ਇੱਕ ਆਵਾਜ਼ ਹੈ, ਬੁਲੰਦ ਆਵਾਜ਼ ਤਾਂ ਆਏਗੀ ਜੇ ਸਾਰੇ ਇਕੱਠੇ ਅਸੀਂ ਕਮਾਂਡੈਂਟ ਸਾਹਿਬ, ਜਿਹੜਾ ਕੌਮੀ ਏਕਤਾ ਹਫ਼ਤਾ ਮਨਾਇਆ ਜਾਂਦਾ ਹੈ, ਇਸ ਦੀ ਸ਼ੁਰੂਆਤ ਕਦੋਂ ਹੋਈ ਤਾਂ ਇਸ ਦੀ ਲੋੜ ਕਿਉਂ ਪਈ ਮਨਾਉਣ ਦੀ? ਇਨਫੈਕਟ 2014 ਦੇ ਵਿੱਚ ਜਦੋਂ ਪ੍ਰਧਾਨ ਮੰਤਰੀ ਨੇ ਟੇਕ ਓਵਰ ਕੀਤਾ, ਅਤੇ ਉਹਨਾਂ ਨੇ ਦੇਖਿਆ ਕਿ ਕੁਛ ਇੱਕ ਚੀਜ਼ਾਂ, ਕੁਛ ਇੱਕ ਸੈਕਸ਼ਨ ਸਾਡੇ ਮੁਲਕ ਦੇ ਵਿੱਚ ਘੱਟ ਤਰੀਕੇ ਨਾਲ ਚੱਲਦੀਆਂ ਪਈਆਂ, ਜਿੱਦਾਂ ਵੂਮੈਨ ਇੰਪਾਵਰਮੈਂਟ ਹੈ, ਜਿੱਦਾਂ ਸ਼ਡਿਊਲ ਕਾਸਟ ਸ਼ਡਿਊਲ ਟ੍ਰਾਈਬ ਦੀਆਂ ਜਿਹੜੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਸੀ, ਨਹੀਂ ਮਿਲੀਆਂ। ਉਹਦੇ ਨਾਲ ਮੈਂ ਛੋਟੀ ਜਿਹੀ ਗੱਲ ਇੱਥੋਂ ਹੋਣੇ ਸ਼ੁਰੂ ਕਰ ਸਕਦਾ ਕਿ ਸਾਡੇ ਸ਼ਡਿਊਲ ਟ੍ਰਾਈਬਸ ਜਿਹੜੇ ਹੈਗੇ ਨੇ ਉਹ 12 ਕਰੋੜ ਹੈ ਇਸ ਵੇਲੇ, ਔਰ ਉਹਨਾਂ ਦੇ ਕੋਲੋਂ ਜਿਹੜੀਆਂ ਜ਼ਮੀਨਾਂ ਲਿੱਤੀਆਂ ਗਈਆਂ, ਇਸ ਕਰਕੇ ਕਿ ਅਸੀਂ ਤੁਹਾਨੂੰ ਦੁਬਾਰਾ ਜ਼ਮੀਨ ਦੇਵਾਂਗੇ, ਦੁਬਾਰਾ ਤੁਹਾਨੂੰ ਇੱਕ ਜ਼ਿੰਦਗੀ ਨਵੀਂ ਸ਼ੁਰੂ ਕਰਾਂਗੇ। ਉਹਨਾਂ ਨੂੰ ਪਤਾ ਹੀ ਨਹੀਂ ਸੀ ਹੈਗਾ, ਅਤੇ ਕਹਿਣ ਦਾ ਮਤਲਬ ਹੈਗਾ ਕਿ ਉਹ ਲੋਕਾਂ ਦੇ ਕੋਲੋਂ ਅਸੀਂ ਜ਼ਮੀਨਾਂ ਲੈ ਲਈਆਂ, ਉੱਥੇ ਆਪਣੇ ਨਵੇਂ ਜਿਹੜੇ ਪ੍ਰੋਜੈਕਟ ਹੈ ਉਹ ਵਾਲੇ ਸ਼ੁਰੂ ਕਰ ਦਿੱਤੇ। ਇਸ ਤਰੀਕੇ ਨਾਲ ਵੂਮੈਨ ਇੰਪਾਵਰਮੈਂਟ ਹੈ, ਵੂਮੈਨ ਇੰਪਾਵਰਮੈਂਟ ਦੇ 'ਚ ਇਸ ਕਰਕੇ ਕਿ ਅਸੀਂ ਲੇਡੀ ਨੂੰ, ਅਸੀਂ ਔਰਤ ਨੂੰ ਸਿਰਫ ਘਰ ਦੀ ਚਾਰ ਦੀਵਾਰਾਂ 'ਚ ਹੁਣ ਤੱਕ ਅੱਜ ਦਿਨ ਤੱਕ ਵੀ ਇਸ ਤਰੀਕੇ ਨਾਲ ਸਮਝਿਆ। ਪਹਿਲੋਂ ਥੋੜ੍ਹਾ ਦਿਨ ਪਹਿਲੇ ਜਦੋਂ ਅਵੇਕਨਿੰਗ ਨਹੀਂ ਸੀ, ਉਦੋਂ ਅਸੀਂ ਮਹਿਸੂਸ ਕਰਦੇ ਸੀ ਜੀ, ਨਾ ਇਹਦੀ ਸ਼ਾਦੀ ਕਰ ਦਿੱਤੀ ਹੈ, ਇਹ ਘਰ 'ਚ ਰਹੇਗੀ, ਇਹਦੇ ਬੱਚੇ ਪਾਲਦੇ ਹੈਗੇ, ਘਰ ਵਾਲਿਆਂ ਦੇਖੇਗੇ, ਔਰ ਉਸੇ ਤਰੀਕੇ ਨਾਲ ਹੀ ਸਾਰੀ ਜ਼ਿੰਦਗੀ ਨਿਕਲ ਜਾਂਦੀ ਹੈ। ਬਟ ਨਾਓ ਕਿੱਥੇ ਫਰਕ ਰਹਿ ਗਿਆ, ਉਹੀ ਲੜਕੀਆਂ ਉੱਪਰ ਜਾਂਦੀਆਂ, 6-6 ਮਹੀਨੇ ਸਪੇਸ ਦੇ 'ਚ ਰਹਿ ਕੇ ਆਉਂਦੀਆਂ ਹੈਗੀਆਂ। ਸਾਡੇ ਕੰਟਰੀ 'ਚ ਇੰਨੀ ਪ੍ਰੋਗਰੈਸ ਹੋ ਗਈ ਹੈਗੀ ਹੈ, ਜੇ ਅਵੇਅਰਨੈਸ ਆਈ ਹੈ, ਜੇ ਕੌਮੀ ਏਕਤਾ ਦਾ ਇੱਕ ਚੈਪਟਰ ਨਾਲ ਆਇਆ ਹੈ, ਤਾਂ ਲੋਕਾਂ ਦੇ 'ਚ ਅਵੇਅਰਨੈਸ ਆ। ਮੈਂ ਮਾਫੀ ਚਾਹੁੰਦੀ ਹਾਂ, ਮਤਲਬ ਤੁਸੀਂ ਇਹ ਦੱਸ ਰਹੇ ਹੋ ਕਿ ਅਸੀਂ ਕੌਮੀ ਏਕਤਾ ਹਫ਼ਤੇ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਨੂੰ ਕਵਰ ਕਰਦੇ ਹਾਂ ਨਾ? ਇਸ ਕਰਕੇ ਕਿਉਂਕਿ ਹਰ ਵਰਗ ਦੇ ਵਿੱਚ ਹੁਣ ਕੁਛ ਇੱਕ ਚੀਜ਼ਾਂ, ਜਿਸ ਤਰ੍ਹਾਂ ਦੋ ਮੈਂ ਦੱਸੀਆਂ, ਤੁਸੀਂ ਅਗਰ ਸੋਚੋ ਇਹ ਵੀ ਅਗਰ ਨਾ ਹੋਣ ਤਾਂ ਅਸੀਂ ਇਹ ਤੋਂ ਵੀ ਵੰਚਿਤ ਹੋ ਜਾਵਾਂਗੇ। ਪ੍ਰਾਈਮ ਮਿਨਿਸਟਰ ਦਾ
ਜਦੋਂ ਇਹਦਾ ਉਦਘਾਟਨ ਹੋਇਆ ਤੇ ਸਾਡੇ ਰਾਜਨਾਥ ਸਿੰਘ ਜੀ ਨੇ ਇਹਦਾ ਸ਼ੁਰੂਆਤ ਕੀਤੀ ਸਰਦਾਰ ਵੱਲਭ ਭਾਈ ਪਟੇਲ ਦੇ ਟਾਈਮ ਦੇ ਉੱਪਰ ਇਹ ਹੈ ਸੀ ਇੱਕ ਦਿਲ ਦੇ ਵਿੱਚ ਕਿ ਸਾਰਾ ਪ੍ਰੋਗਰੈਸ ਸਾਰਾ ਇੰਡੀਆ ਇਕੱਠਾ ਹੋ ਕੇ ਚੱਲੇ ਉਹ ਹੁਣ ਚੀਜ਼ਾਂ ਹੁਣ ਤੋਂ ਆ ਕੇ ਲਾਗੂ ਹੋਣੀਆਂ ਸ਼ੁਰੂ ਹੋਈਆਂ ਜੀ ਅਤੇ ਪ੍ਰਧਾਨ ਮੰਤਰੀ ਜਿਹੜੇ ਸਾਡੇ ਮਿਸਟਰ ਨਰਿੰਦਰ ਮੋਦੀ ਉਹਨਾਂ ਦਾ ਯੋਗਦਾਨ ਬਹੁਤ ਰਿਹਾ 2014 ਤੋਂ ਸ਼ੁਰੂ ਹੋ ਕੇ ਹੁਣ ਤੁਸੀਂ ਦੇਖੋ ਯੂਨਿਟੀ ਰਨ ਫੋਰ ਯੂਨਿਟੀ ਇਕੱਠੇ ਹੋ ਕੇ ਦੌੜੋ ਹਰ ਬੰਦਾ ਇਕੱਠਾ ਦੌੜੇ ਦੌੜਨ ਦਾ ਨਾਮ ਮਤਲਬ ਨਹੀਂ ਸੀ ਹਜੂਮ ਇੱਕ ਤੇ ਫਲੱਡ ਆਫ ਪੀਪਲ ਰਨਿੰਗ ਟੁਗੈਦਰ ਆਪਸ ਦੇ ਸਦਭਾਵਨਾ ਤਾਂ ਹੀ ਆਬਾਦੀ ਹੈਗੀ ਲੜਕਾ ਵੀ ਹੈ ਲੜਕੀ ਵੀ ਆਦਮੀ ਵੀ ਔਰਤ ਵੀ ਹੈ ਬੱਚੇ ਵੀ ਹੈ ਸੀ ਐਡਾ ਵੱਡਾ ਹਜੂਮ ਨੂੰ ਨਾਲ ਲੈ ਕੇ ਜਾਣਾ ਔਰ ਦੌੜਨਾ ਇੱਕ ਪਰਪਜ਼ ਵਾਸਤੇ ਇਹ ਬਹੁਤ ਬੜੀ ਅਚੀਵਮੈਂਟ ਹੈ ਔਰ ਕਮਾਂਡਰ ਸਾਹਿਬ ਜਿਹੜਾ ਇਹ ਕੌਮੀ ਏਕਤਾ ਹੈ ਉਹ ਸਾਡੇ ਦੇਸ਼ ਲਈ ਅਤੇ ਸਾਡੇ ਸਮਾਜ ਲਈ ਕਿਵੇਂ ਕੰਮ ਕਰਦਾ ਜੇ ਇਕੱਠ ਹੋ ਕੇ ਚੱਲੇਗਾ ਜੀ ਤਾਂ ਅਸੀਂ ਸਾਰੇ ਇਕੱਠੇ ਰਵਾਂਗੇ ਜੇ ਇਕੱਠੇ ਰਵਾਂਗੇ ਤਾਂ ਅਸੀਂ ਕਦੀ ਵੀ ਨਹੀਂ ਕਹਾਂਗੇ ਕਿ ਮੈਂ ਪੰਜਾਬੀ ਹਾਂ ਐਸੇ ਹਮ ਹਿੰਦੁਸਤਾਨੀ ਹਮ ਇੰਡੀਅਨ ਜਦ ਤੱਕ ਉਹ ਭਾਵਨਾ ਨਹੀਂ ਆਏਗੀ ਹੁਣ ਜਪਾਨ ਦੇ ਵਿੱਚ ਜਾਂ ਜਰਮਨੀ ਦੇ ਵਿੱਚ ਮੈਂ ਹੋ ਕੇ ਆਇਆ ਇਤਫਾਕ ਹੈ ਕਿ ਮੈਂ ਬਹੁਤ ਮੈਨੂੰ ਯੂਨਾਈਟਿਡ ਨੇਸ਼ਨ ਦੇ ਵਿੱਚ 50 ਕੰਟਰੀਆਂ 'ਚ ਭੇਜਿਆ ਜੀ ਆਈ ਵਾਜ਼ ਇੰਸਟਰਕਟਰ ਮੈਂ ਟੀਚਿੰਗ ਇੰਟਰਨੈਸ਼ਨਲ ਸਟੂਡੈਂਟ ਪੋਲਿਸ ਸਟੂਡੈਂਟ ਮੇਰੇ ਉਹ ਬਹੁਤ ਅੱਛੀ ਟੈਨਿਓਰ ਰਹੀ ਹੈਗੀ ਹੈ ਤਾਂ ਮੈਂ ਦੇਖਿਆ ਕਈ ਕਈ ਥਾਵਾਂ ਤੋਂ ਉੱਪਰ ਜਾ ਕੇ ਜਰਮਨੀ ਦੇ ਵਿੱਚ ਤੁਸੀਂ ਕਿਸੇ ਆਦਮੀ ਨੇ ਇੰਗਲਿਸ਼ 'ਚ ਗੱਲ ਕਰੋ ਤੁਹਾਡੇ ਨਾਲ ਇੰਗਲਿਸ਼ ਦੇ 'ਚ ਵਾਪਸ ਜਵਾਬ ਨਹੀਂ ਦੇਗਾ ਜਾਣਦਨ ਜਰਮਨ ਜਾਣਦਨ ਬਟ ਦੇ ਵਿਲ ਲਾਈਕ ਟੂ ਟਾਕ ਟੂ ਯੂ ਇਨ ਜਰਮਨੀ ਆਪਣੀ ਜਿਹੜੀ ਭਾਸ਼ਾ ਉਹਦੇ 'ਚ ਉਹਦੇ ਵਿੱਚ ਮੈਂ ਕਈ ਥਾਂ ਦਾ ਜਪਾਨ ਦੇ ਵਿੱਚ ਵੀ ਇਸੇ ਤਰੀਕੇ ਨਾਲ ਲੱਗਾ ਜਪਾਨ ਦੇ ਵਿੱਚ ਮੈਂ ਦੇਖਿਆ ਜਦੋਂ ਕੋਈ ਬੱਚੇ ਦਾ ਸਕੂਲ ਲੱਗਦਾ ਹੈ ਉਹ ਅੱਧਾ ਘੰਟਾ ਪਹਿਲਾਂ ਪਹੁੰਚਦੇ ਹਨ ਟੋਇਲਟ ਆਪਣੇ ਆਪ ਸਾਰੇ ਸਾਫ਼ ਕਰਦੇ ਹਨ ਸ਼ੀਸ਼ੇ ਸਾਫ਼ ਕਰਦੇ ਹੈਗੇ ਸੀ ਇਟ ਇਜ਼ ਹਰ ਇੱਕ ਚੀਜ਼ ਇਕੱਠਪਨ ਦੇ ਨਾਲ ਹੁੰਦੀ ਹੈਗੀ ਹਰ ਬੰਦਾ ਉਹਨੂੰ ਕਾਪੀ ਕਰਦਾ ਇਸ ਤਰੀਕੇ ਨਾਲ ਉਹ ਚੀਜ਼ਾਂ ਪਰਕੁਲੇਟ ਹੋਈ ਜਾਂਦੀਆਂ ਹੈਗੀਆਂ ਦੂਜਾ ਚੌਥਾ ਫਿਰ ਪੂਰੇ ਦਾ ਪੂਰਾ ਮਹੱਲਾ ਇਸ ਤਰੀਕੇ ਨਾਲ ਕਰਦਾ ਕੋਈ ਸੁੱਟਦਾ ਨਹੀਂ ਹੈਗਾ ਕਈ ਕੰਮ ਕਈ ਕੰਟਰੀਜ਼ ਦੇ ਸਕਦਾ ਡੂ ਨਾਟ ਸਪਿਟ ਨਹੀਂ ਲਿਖਿਆ ਉਹਦੇ ਸਪਿਟਿੰਗ ਚਾਰਜਿਸ ਹੈ ਤੁਹਾਨੂੰ ਤੀਸਰੇ ਮੋੜ ਦੇ ਉੱਪਰ ਪਤਾ ਲੱਗ ਜਾਂਦਾ ਫੜ ਲੈਂਦੇ ਨੇ ਕਿ ਯੂ ਸਪੈਟ ਓਵਰ ਹੇਅਰ ਉਹ ਆਪਣੇ ਆਪ ਮੈਂ ਇੱਕ ਚੀਜ਼ ਹੋਰ ਦੇਖੀ ਹੈ ਜੀ ਤੁਹਾਨੂੰ ਹੈਰਾਨੀ ਇਹ ਹੋਏਗੀ ਕਿ ਮੈਂ ਮਿਜ਼ੋਰਮ ਦੇ 'ਚ ਵੀ ਪੋਸਟਡ ਰਿਹਾ ਮਿਜ਼ੋਰਮ ਔਰ ਸਿੱਕਮ ਦੋ ਇਹੋ ਜਿਹੀ ਸਟੇਟਸ ਹੈਗੀਆਂ ਜਿਹਦੇ ਵਿੱਚ ਮੈਂ ਨਤਮਸਤਕ ਹੋ ਕੇ ਉਹ ਸਟੇਟਸ ਨੂੰ ਪ੍ਰਣਾਮ ਕਰਨਾ ਜਦੋਂ ਟ੍ਰੈਫਿਕ ਜ਼ਿਆਦਾ ਹੋ ਜਾਵੇ ਅਤੇ ਟ੍ਰੈਫਿਕ ਸਾਡੇ ਤਾਂ ਕੱਟ ਕੱਟ ਕੇ ਇੱਦਾਂ ਕਰਕੇ ਮੁੰਡੇ ਛੋਟੇ ਜਿੰਨੇ ਵੀ ਹੈਗੇ ਸਾਰੇ ਨਾਲ ਲੈ ਟ੍ਰੈਫਿਕ ਬਲੌਕ ਹੋ ਜਾਂਦਾ ਨੋ ਮਿਜ਼ੋਰਮ ਦੇ ਵਿੱਚ ਇੱਕੋ ਪਾਸੇ ਟ੍ਰੈਫਿਕ ਚੱਲੇਗਾ ਸਾਈਕਲ ਮੋਟਰ ਕਾਰ ਜੇ ਇੱਧਰ ਪਾਸਾ ਖਾਲੀ ਹੈ ਇੱਧਰ ਉਹਨਾਂ ਵਾਸਤੇ ਹੈ ਜੇ ਉੱਥੇ ਲਾਗੂ ਹੋ ਸਕਦਾ ਹੈ ਵਾਈ ਕੈਨ ਨੋਟ ਇਟ ਬੀ ਹਾਓ ਸਾਡੇ ਪੰਜਾਬ ਦੇ 'ਚ ਕਿਉਂ ਨਹੀਂ ਲਾਗੂ ਹੋ ਸਕਦਾ ਅਤੇ ਉੱਥੇ ਰੋਡ ਰੇਜ ਆ ਜਾਂਦਾ ਹੈ ਫਾਟਕ ਬੰਦ ਹੈ ਤਾਂ ਵੀ ਹੌਰਨ ਮਾਰਦੇ ਜਾਣਗੇ ਫਿਰ ਦੋ ਦੀ ਲਾਈਨ ਹੈਗੀ ਜਾਣਦੀ ਅਤੇ ਚਾਰ ਦੀ ਬਣ ਜਾਂਦੀ ਹੈ ਉਹ 6 ਦੀ ਅੱਗੋਂ ਬਣ ਜਾਂਦੀ ਇਹ ਡਿਸਿਪਲਿਨ ਜ਼ਰੂਰੀ ਹੈ ਇਹ ਹਰ ਲੈਵਲ ਦੇ ਉੱਪਰ ਸੋਚਦਾ ਜ਼ਰੂਰੀ ਹੈਗਾ ਸਿੱਕਮ ਦੇ ਵਿੱਚ ਵੀ ਇਸੇ ਤਰੀਕੇ ਨਾਲ ਲਗਾਏ ਮੇਰਾ ਕਹਿਣ ਦਾ ਮਤਲਬ ਜੇ ਸਾਡੀ ਡਿਸਿਪਲਿਨ ਔਰ ਕੌਮ ਦਾ ਇੱਕ ਟੀਚਾ ਜੇ ਉੱਥੇ ਹਾਸਲ ਹੋ ਸਕਦਾ ਹੈ ਵਾਈ ਨੋਟ ਆਪਾਂ ਦੂਜੇ ਪ੍ਰਦੇਸ਼ ਦੇ 'ਚ ਕਿਉਂ ਹੁਣ ਕੌਮੀ ਏਕਤਾ ਤਾਂ ਮਤਲਬ ਇਹ ਹੋਈ ਹੈ ਕਿ ਸਾਡੀਆਂ ਨੀਤੀਆਂ ਦੇ ਮੁਤਾਬਿਕ ਸਾਨੂੰ ਡਿਸਿਪਲਿਨ ਲਾਈਫ ਮਿਲੇ ਹੁਣ ਜੇ ਲਾਈਟ ਚਲੀ ਜਾਂਦੀ ਹੈ ਤਾਂ ਲੋਕ ਰੌਲਾ ਪਾਉਣਾ ਸ਼ੁਰੂ ਕਰ ਦਿੰਦੇ ਨੇ ਇਟ ਇਜ਼ ਸੀ ਹੁਣ ਸਾਡੀ ਵੇਸਟੇਜ ਬਹੁਤ ਹੈਗੀ ਹੈ ਇਹ ਹਰ ਬੰਦੇ ਨੂੰ ਸੋਚਣਾ ਪਏਗਾ ਹਰ ਸੋਸਾਇਟੀ ਦੇ ਵਿੱਚ ਹਰ ਮੁਹੱਲੇ ਦੇ ਵਿੱਚ ਹਰ ਗਲੀ ਦੇ ਵਿੱਚ ਹਰ ਪਰਿਵਾਰ ਦੇ ਵਿੱਚ ਹਰ ਜਿਹੜੇ ਬਜ਼ੁਰਗ ਉਹਨੇ ਤੁਹਾਡੇ ਨਾਲ ਸਿੱਕਮ ਦੀ ਗੱਲ ਕਰਦਾ ਸੀ ਸਿੱਕਮ ਦੇ ਵਿੱਚ ਤੁਸੀਂ ਸੜਕ ਦੇ ਉੱਪਰ ਰੌਲਾ ਨਹੀਂ ਪਾ ਸਕਦੇ ਜੀ ਇੱਕ ਫੌਜ ਦੇ ਬਹੁਤ ਸੀਨੀਅਰ ਅਫਸਰ ਦਾ ਉੱਥੇ ਚਲਾਨ ਇਸ ਕਰਕੇ ਹੋ ਗਿਆ ਉਹਨੇ ਹੌਰਨ ਮਾਰਿਆ ਜੀ ਲੁੱਕ ਐਟ ਦਿਸ ਉੱਥੇ ਹੁਣ ਵੀ ਜੇ ਤੁਹਾਡਾ ਪਰਸ ਗਿਰ ਜਾਏਗਾ ਤੁਹਾਨੂੰ ਤੀਸਰੇ ਦਿਨ ਮਿਲ ਜਾਵੇਗਾ ਜੀ ਇਹ ਸਾਡਾ ਹਿੱਸਾ ਹੈ ਸਿੱਕਮ ਇਜ਼ ਅ ਪਾਰਟ ਆਫ ਦਿਸ ਫਿਰ ਉੱਥੇ ਉੱਚੀ ਗੱਲ ਕੋਈ ਵੀ ਨਹੀਂ ਕਰ ਸਕਦਾ ਜੀ ਐਂਡ ਦੇਖੋ ਕਿੰਨਾ ਪਰਿਵਾਰ ਦੇ ਵਿੱਚ ਕਿੰਨਾ ਫਰਕ ਆ ਗਿਆ ਜੀ ਸਾਡੇ ਔਰ ਉਹਨਾਂ ਦੇ ਵਿੱਚ ਉੱਥੇ ਜ਼ਿਆਦਾ ਲਵ ਮੈਰਿਜਸ ਹੈਗੀਆਂ 96% ਲਵ ਮੈਰਿਜਸ ਹੈ ਕੋਈ ਬ੍ਰੇਕ ਨਹੀਂ ਹੁੰਦੀ ਸਾਰੇ ਪੁਲਿਸ ਸਟੇਸ਼ਨ ਖਾਲੀ ਪਏ ਹੈਗੇ ਨੇ ਕਿਉਂ ਜੇ ਉੱਥੇ ਹੋ ਸਕਦਾ ਇੱਥੇ ਕਿਉਂ ਨਹੀਂ ਹੋ ਸਕਦਾ ਮਤਲਬ ਆਪਸੇ ਮਿਲਵਰਤਨ ਤੇ ਸਦਭਾਵਨਾ ਆਪਸੇ ਮਿਲਵਰਤਨ ਸਮਝ ਆ ਗਈ ਤੇ ਆਪਸੇ ਮਿਲਵਰਤਨ ਤੇ ਸਦਭਾਵਨਾ ਆਪਾਂ ਕਿਵੇਂ ਪੈਦਾ ਕਰ ਸਕਦੇ ਹਾਂ ਛੋਟੇ ਬੱਚਿਆਂ ਨੂੰ ਨਾਲ ਲੈ ਕੇ ਜਾਓ ਦਿਖਾਓ ਹਰ ਥਾਂ ਦੇ ਉੱਪਰ ਫੰਕਸ਼ਨ ਉਹਨਾਂ ਅਟੈਂਡ ਕਰਾਓ ਮੰਦਿਰ ਮਸਜਿਦ ਗੁਰਦੁਆਰਾ ਜਿੱਥੇ ਜਿੱਥੇ ਜਾਂਦੇ ਨੇ ਬੱਚੇ ਨਾਲ ਜਾਣੇ ਚਾਹੀਦੇ ਸਿਖਾਇਆ ਜਾਣਾ ਚਾਹੀਦਾ ਦਾਦਾ ਨਾਨਾ ਚਾਚਾ ਮਾਮਾ ਫੁੱਪਾ ਜੋ ਵੀ ਤੁਹਾਡੇ ਰਿਲੇਸ਼ਨ ਦੇ ਵਿੱਚ ਵੱਡੇ ਉੱਚ ਹੈਗੇ ਨੇ ਅਸੀਂ ਤਾਂ ਕਲੇਮ ਬਹੁਤ ਕਰਨੇ ਮੈਂ ਇਹ ਕੀਤਾ ਮੈਂ ਕਿ ਬੱਚੇ ਪਨੀਰੀ ਹੈ ਅੱਜ ਉਹ ਨਰਸਰੀ ਹੈ ਉਹਨਾਂ ਨੇ ਵੱਡੇ ਜਾ ਕੇ ਹੋ ਕੇ ਅੱਜ ਤੋਂ 40 ਸਾਲ ਅੱਜ ਤੋਂ 35-20 ਸਾਲਾਂ ਬਾਅਦ ਉਹਨਾਂ ਨੇ ਕਮਾਂਡ ਕਰਨੀ ਹੈ ਸਾਡੇ ਉਹਦੇ ਬਹੁਤ ਵੱਡੀ ਘਾਟ ਆ ਗਈ ਹੈਗੀ ਹੈ ਸਾਡੇ ਕੌਮੀ ਏਕਤਾ ਕਰਨ ਵਾਲੇ ਵੀ
ਪੋਲਿਊਸ਼ਨ ਆ ਗਈ ਹੈਗੀ ਜੀ। ਆਈ ਐਮ ਨੋਟ ਸੋਰੀ ਟੂ ਸੇ, ਮੈਨੂੰ ਇਹਦੇ 'ਚ ਫਖਰ ਆਉਂਦਾ ਜਦੋਂ ਮੈਂ ਇਹ ਗੱਲ ਕਮਿਟ ਕਰਕੇ ਗੱਲ ਕਰਨਾ ਕਿ ਸਾਡੇ, ਮੈਂ ਇਹ ਕਹਿੰਦਾ ਤੁਸੀਂ ਕੌਮੀ ਏਕਤਾ ਦੀ ਗੱਲ ਕੀਤੀ ਹੈ, ਅਸੀਂ ਅਗਰ ਆਪਣੇ ਮੈਂਬਰ ਪਾਰਲੀਮੈਂਟਸ ਨੂੰ, ਐੱਮ ਐੱਲ ਏਜ਼ ਨੂੰ, ਐੱਮ ਐੱਲ ਸੀਜ਼ ਨੂੰ, ਜਿਹੜੇ ਸਾਡੇ ਜਿਹੜੇ ਮਿਊਂਸੀਪਲ ਕਾਰਪੋਰੇਟਰਸ ਹੈਗੇ, ਜਿਹੜੇ ਮੇਅਰਸ ਹੈਗੇ, ਇਹਨਾਂ ਬਾਰਡਰ ਤੋਂ ਉੱਪਰ ਕੋਈ ਨਹੀਂ ਲਾਣ ਲੈ ਕੇ ਜਾਂਦੇ, ਇਹਨਾਂ ਨੂੰ ਪਤਾ ਹੀ ਕੋਈ ਨਹੀਂ ਹੈਗਾ, ਦੇ ਡੂ ਨੋਟ ਨੋ। ਹੁਣ ਇਹਦੇ ਵਿੱਚ ਇੱਕ ਛੋਟੀ ਜਿਹੀ ਗੱਲ ਹੋਰ ਪੈਦਾ ਹੁੰਦੀ ਹੈ ਜਿਹੜੀ ਸ਼ਾਇਦ ਤੁਸੀਂ ਕਰੋਗੇ, ਨਹੀਂ ਤਾਂ ਪਹਿਲਾਂ ਮੈਂ ਤੁਹਾਨੂੰ ਦੱਸਦਾ, ਕੌਮੀ ਏਕਤਾ ਇਕੱਠਾ ਏਕਤਾ ਹੈ। ਤੁਸੀਂ ਹੈਰਾਨ ਇਹ ਹੋ ਗਏ, ਅਸੀਂ ਮੈਟ੍ਰਿਕ ਦੇ ਵਿੱਚ ਛੋਟੀ ਕਲਾਸਾਂ ਦੇ ਵਿੱਚ ਪੜ੍ਹਦੇ ਸੀ, ਯੂਨੀਅਨ ਦੇ ਸਟਰੈਂਥ, ਉਹ ਲੱਕੜੀ ਲੈ ਕੇ ਜਾਂਦਾ ਤੋੜ ਦਿੰਦਾ ਟੁੱਟ ਜਾਂਦੀ ਹੈ, ਉਹ 6-8 ਇਕੱਠਾ ਮੁੱਠਾ ਲਾਲ ਲੈ ਕੇ ਜਾਂਦਾ ਤੋੜਨ ਦੀ ਕੋਈ ਨਹੀਂ ਟੁੱਟਦੀ ਹੈ। ਸੀ ਇਟਸ ਵਾਟ ਏ ਗੁੱਡ ਐਗਜ਼ਾਮਪਲ ਕਿ ਜੇ ਯੂਨੀਅਨ ਹੋਵੇਗਾ ਸਾਨੂੰ ਕੋਈ ਕੰਟਰੀ ਦੂਜਾ ਤੰਗ ਨਹੀਂ ਕਰ ਸਕੇਗਾ, ਸਾਡੀ ਯੂਨੀਅਨ ਨਹੀਂ ਹੈ, ਯੂਨਿਟੀ ਨਹੀਂ ਹੈ। ਕਮਾਂਡੈਂਟ ਸਾਹਿਬ, ਮੈਂ ਤੁਹਾਨੂੰ ਥੋੜ੍ਹਾ ਜਿਹਾ ਤੰਗ ਕਰ ਰਹੀ ਹਾਂ ਕਿਉਂਕਿ ਸਾਡੇ ਕਾਲਰ ਆ ਚੁੱਕੇ ਨੇ ਤੁਹਾਡੇ ਨਾਲ ਗੱਲਬਾਤ ਕਰਨ ਦੇ ਲਈ। ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਹੈਲੋ, ਹੈਲੋ, ਨਮਸਕਾਰ ਜੀ। ਨਮਸਕਾਰ ਜੀ, ਨਮਸਕਾਰ ਸਰੂਪ ਸਿੰਘ ਜੀ। ਹਾਂਜੀ, ਮੁਖਨਾਮਾ ਨਮਸਕਾਰ ਜੀ। ਨਮਸਕਾਰ ਜੀ। ਸਰ ਮੇਰਾ ਸਵਾਲ ਹੈ ਵੀ ਕੌਮੀ ਏਕਤਾ ਵਿੱਚੋਂ ਸਾਨੂੰ, ਕੌਮੀ ਏਕਤਾ ਦੇ ਵਿੱਚ ਜਿਹਨੂੰ ਰੱਬ ਦਾ ਦੀਦਾਰ ਹੋ ਗਿਆ, ਉਹਦਾ ਪਿਆਰ ਦੇ ਨਾਲ ਪਿਆਰ ਹੋ ਗਿਆ ਜੀ, ਕੀ ਕੌਮੀ ਏਕਤਾ ਹੋਰ ਕਿਸ ਤਰ੍ਹਾਂ ਵਧਾਈ ਜਾ ਸਕਦੀ ਹੈ, ਕਿਸ ਤਰ੍ਹਾਂ ਕੌਮੀ ਏਕਤਾ ਤਾਕਤਵਰ ਕੀਤਾ ਜਾ ਸਕਦਾ ਤਾਂ ਸਾਰੀਆਂ ਤਾਕਤਾਂ ਸਾਡੇ ਦੇਸ਼ ਤੋੜਨ ਇਹ ਮਿਲ। ਥੋੜੀ ਆਵਾਜ਼ ਘੱਟ ਹੋ ਰਹੀ ਸੀ, ਪਰ ਉਹ ਕਹਿਣਾ ਚਾਹੁੰਦੇ ਨੇ ਕਿ ਕਿਸ ਤਰੀਕੇ ਦੇ ਨਾਲ ਆਪਾਂ ਕੌਮੀ ਏਕਤਾ ਨੂੰ ਹੋਰ ਵਧਾ ਸਕਦੇ ਹਾਂ। ਤੁਹਾਡਾ ਸਵਾਲ ਬਹੁਤ ਅੱਛਾ ਹੈ ਜੀ, ਮੈਂ ਤੁਹਾਨੂੰ ਪ੍ਰਣਾਮ ਕਰਨਾ, ਕਿਉਂਕਿ ਇਹ ਚੀਜ਼ ਜੇ ਹਰ ਨੂੰ ਸਮਝ ਆ ਜਾਵੇ ਤਾਂ ਸਾਡਾ ਮਸਲਾ ਦੇਸ਼ ਦੇ ਵਿੱਚ ਨਹੀਂ ਰਹੇਗਾ। ਮੈਂ ਹੁਣੇ ਤੁਹਾਨੂੰ ਦੱਸ ਕੇ ਹਟਿਆ, ਇੱਕ ਸੋਚ ਜੀ ਜੀ ਜੀ, ਕਿਉਂ ਕਰਦੇ ਨਹੀਂ, ਵਾਈ ਵੈਨ ਵੇਅਰ ਨਾ ਆਵੇ ਤੇ ਸੋਚ ਇੱਕ ਕੰਟਰੀ ਦੀ ਬਣ ਜਾਵੇ ਜੀ ਜੀ। ਬੱਚਿਆਂ ਨੂੰ ਰਾਈਟ ਫਰੋਮ ਬਿਗਨਿੰਗ ਨਰਸਰੀ ਤੋਂ ਜੀ ਹੀ ਇਹ ਜੇ ਉਹਨਾਂ ਨੂੰ ਸੋਚ ਵਿਚਾਰ ਪਾ ਦਿੱਤੀ ਜਾਏ, ਡਰਿਲਿੰਗ ਕਰ ਦਿੱਤੀ ਜਾਏ। ਹੁਣ ਵੱਡੇ ਕੰਟਰੀਆਂ ਦੇ ਵਿੱਚ ਕਈ ਜਿਹੜੇ ਪ੍ਰੋਗਰੈਸਿਵ ਹੋ ਗਏ, ਹੁਣ ਅਸੀਂ ਮੁਕਾਬਲਾ ਤਾਂ ਕਰਨੇ ਹਾਂ, ਪਰ ਸਾਨੂੰ ਇੱਕ ਘਾਟ ਇਹ ਹੈ, ਸਾਡੀ ਕੰਟਰੀ ਦੀ ਆਬਾਦੀ 135-140 crore ਹੋ ਗਈ ਹੈਗੀ ਹੈ। ਅਸੀਂ ਮੁਕਾਬਲਾ ਵੀ ਉਹਨਾਂ ਕੰਟਰੀਆਂ ਨਾਲ ਕਰਨੇ ਹਾਂ ਜਿਹਨਾਂ ਦੀ ਆਬਾਦੀ 2-2 crore ਹੈਗੀ ਹੈ ਜਾਂ 4-4 crore ਹੈਗੀ ਹੈ। ਉੱਥੇ ਜ਼ਿਆਦਾ ਚਾਂਸਿਸ ਹੈਗੇ, ਜ਼ਿਆਦਾ ਜ਼ਮੀਨਾਂ, ਜ਼ਿਆਦਾ ਪੜ੍ਹਨ ਦੇ ਸਮਝਣ ਦੇ ਉਹਨਾਂ ਦੇ ਸਕੂਲਸ ਹੈਗੇ, ਇੰਸਟੀਟਿਊਸ਼ਨ ਹੈਗੇ, ਅਤੇ ਬੱਚਿਆਂ ਨੂੰ ਸ਼ੁਰੂ ਤੋਂ ਕੌਮੀ ਏਕਤਾ, ਡਿਸਿਪਲਨ, ਪਰਸਨੈਲਿਟੀ ਡਿਵੈਲਪਮੈਂਟ, ਇਹ ਚੀਜ਼ਾਂ ਸਿਖਾਈਆਂ ਜਾਣ, ਜਿਹੜਾ ਵਿਸ਼ਾ ਬਣ ਜਾਵੇ। ਹੁਣ ਸਾਡਾ ਕਿਤਾਬਾਂ ਦਾ ਉੱਪਰ ਜ਼ਿਆਦਾ ਕੰਮ ਆ ਜਾਏ, ਨੋ, ਇਟ ਹੈਜ਼ ਟੂ ਬੀ ਪ੍ਰੈਕਟੀਕਲ। ਬੱਚਿਆਂ ਨੂੰ ਬਾਹਰ ਲੈ ਕੇ ਜਾਓ, ਇਕੱਠ ਹਰ ਇੱਕ ਥਾਂ ਦੇ ਉੱਪਰ, ਜੇ ਲੜਾਈ ਹੁੰਦੀ ਹੈ ਕੋਈ ਗੱਲ ਨਹੀਂ, ਬੱਚਿਆਂ ਦੀ ਲੜਾਈ ਉੱਥੇ ਸੌਟ ਆਊਟ ਹੋ ਜਾਂਦੀ ਹੈ। ਆਈ ਰਿਮੈਂਬਰ ਕਿ ਉਹਨਾਂ ਦਿਨਾਂ ਦੇ ਵਿੱਚ ਜੇ ਛੋਟੇ ਸੀ ਅਸੀਂ ਚਿਲਡਰਨ ਪਾਰਕ ਦੇ ਜਾਂਦੇ ਸੀ, ਲੜਾਈਆਂ ਹੋ ਜਾਣੀਆਂ, ਉੱਥੇ ਪੱਕੀ ਕੁੱਟੀ, ਕੱਚੀ ਕੁੱਟੀ ਨਾਲ ਹੀ ਮਿਲ ਜਾਏ, ਸ਼ਾਮ ਨੂੰ ਸਭ ਕੁਝ ਖਤਮ ਹੋ ਜਾਂਦੇ ਸੀ, ਅਗਲੇ ਦਿਨ ਫਿਰ ਸਵੇਰੇ ਅਸੀਂ ਕਲਾਸਾਂ 'ਤੇ ਜਾ ਕੇ ਮਿਲ ਜਾਂਦੇ ਸੀ। ਉਹ ਕਹਾਂ ਗਏ ਉਹ ਦਿਨ ਜਿਹੜਾ ਸਾਡਾ ਕੱਟਪਨ ਸਾਰਾ ਖਤਮ ਹੋ ਗਿਆ? ਨੋ, ਇਟ ਹੈਜ਼ ਟੂ ਬੀ ਸਾਡੇ ਟੀਚਰਸ, ਮੇਰਾ ਖਿਆਲ ਹੈ ਉਹਦੇ ਵਿੱਚ ਵੀ ਪੋਲਿਊਸ਼ਨ ਆ ਗਈ ਹੈ।
ਸਾਨੂੰ ਆਪਣੀ ਗੋਦ ਖਿਡਾਇਆ ਮਿੱਠੀਆਂ ਮਿੱਠੀਆਂ ਲੋਰੀਆਂ ਦੇ ਕੇ ਸਾਨੂੰ ਸੁੱਖ ਦੀ ਨੀਂਦ ਸੁਆਇਆ ਜਨਮ ਦਿਹਾੜਾ ਅੰਮ੍ਰਿਤ ਪਾਨ ਕਰਾ ਕੇ ਸਾਨੂੰ ਗਿੱਦੜੋਂ ਸ਼ੇਰ ਬਣਾਇਆ ਮੈਂ ਆਵਾਂ ਜਦ ਵੀ ਆਵਾਂ ਮੈਂ ਆਵਾਂ ਜਦ ਵੀ ਆਵਾਂ ਤੇ ਸੀਸ ਤੜੀ ਤੇ ਟਿਕਾਵਾਂ ਅਰਜਣ ਦੇ ਤਿੱਖੇ ਤੀਰਾਂ ਦੀ ਰਚਨਾਵਾਂ ਕਈ ਕਥਾਵਾਂ ਰਚਨਾਵਾਂ ਕਈ ਕਥਾਵਾਂ ਮੈਂ ਸਭ ਨੂੰ ਸੀਸ ਨਿਵਾਵਾਂ ਮਿੱਟੀ ਦੀ ਵਤਨਾ ਦੀਏ ਮਿੱਟੀ ਦੀ ਵਤਨਾ ਦੀਏ ਤੈਨੂੰ ਲੱਖ ਸਲਾਮ ਦੁਆਵਾਂ ਤੈਨੂੰ ਪੂਜਾਂ ਤੈਨੂੰ ਚੁੰਮਾਂ ਤੈਨੂੰ ਪੂਜਾਂ ਤੈਨੂੰ ਚੁੰਮਾਂ ਤੇਰਾ ਤਿਲਕ ਮੱਥੇ ਤੇ ਲਾਵਾਂ ਮਿੱਟੀ ਨੀ ਵਤਨਾ ਦੀਏ ਮਿੱਟੀ ਨੀ ਵਤਨਾ ਦੀਏ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਗੱਲਾਂ ਤੇ ਗੀਤ ਤੇ ਸਾਡਾ ਅੱਜ ਦਾ ਵਿਸ਼ਾ ਕੌਮੀ ਏਕਤਾ ਸਾਡੀ ਤਾਕਤ ਇਸ ਵਿਸ਼ੇ ਦੇ ਉੱਤੇ ਸਾਡੇ ਨਾਲ ਗੱਲਬਾਤ ਕਰ ਰਹੇ ਨੇ ਕਮਾਂਡਰ ਪੀ ਕੇ ਮੋਹਲਾ ਜੀ ਜੀ ਔਰ ਕਮਾਂਡਰ ਸਾਹਿਬ ਅਸੀਂ ਤੁਹਾਨੂੰ ਪੁੱਛਣਾ ਚਾਹੁੰਦੇ ਹਾਂ ਕਿ ਜਿਹੜੀ ਕੌਮੀ ਏਕਤਾ ਹੈ ਉਹ ਸਾਡੀ ਤਾਕਤ ਕਿਵੇਂ ਬਣ ਸਕਦੀ ਹੈ ਸ਼ੁਰੂਆਤ ਦੇ ਵਿੱਚ ਔਰ ਇੱਕ ਜਿਹੜਾ ਪਿੱਛੇ ਪ੍ਰਸ਼ਨ ਆਇਆ ਉਹਦੇ ਨਾਲ ਹੀ ਇਹ ਲਿੰਕ ਹੈਗਾ ਜੀ ਅਸੀਂ ਕਹਿੰਦੇ ਰਨ ਫੋਰ ਯੂਨਿਟੀ ਪਹਿਲਾਂ ਮੈਂ ਉਹਦੇ ਬਾਰੇ ਡਿਸਕਸ ਕੀਤਾ ਰਨ ਫੋਰ ਯੂਨਿਟੀ ਨਾਲ ਸਾਡੀ ਪਲਿਜ ਹੋਣੀ ਚਾਹੀਦੀ ਹੈਗੀ ਹੈ ਜਿੱਦਾਂ ਨੈਸ਼ਨਲ ਐਂਥਮ ਹਰ ਥਾਂ ਦੇ ਉੱਪਰ ਗਾਇਆ ਜਾਂਦਾ ਹੈ ਵਜਾਇਆ ਜਾਂਦਾ ਹੈ ਸਾਵਧਾਨ ਲੋਕ ਖੜ੍ਹੇ ਹੁੰਦੇ ਹਨ ਇੱਕ ਪਲਿਜ ਰਿਨਿਊਅਲ ਦੇ ਨਾਲ ਆਉਣੀ ਚਾਹੀਦੀ ਰਿਨਿਊ ਕੀਤੀ ਜਾਣੀ ਚਾਹੀਦੀ ਹੈਗੀ ਹੈ ਤਾਂ ਕਿ ਲੋਕਾਂ ਨੂੰ ਯਾਦ ਰਹੇ ਫਿਰ ਬੱਚਿਆਂ ਨੂੰ ਜਾਂ ਵੱਡਿਆਂ ਨੂੰ ਜਿਹੜੀ ਸਾਡੀ ਪਰੇਡਸ ਹੈਗੀਆਂ ਆਰਮੀ ਦੀ ਹੋਏ ਪੁਲਿਸ ਦੀ ਹੋਏ ਜਿਸ ਤਰ੍ਹਾਂ ਵਾਹਗਾ ਬਾਰਡਰ ਦੇ ਉੱਪਰ ਜਾ ਕੇ ਦੇਖੋ ਤੁਸੀਂ ਉਹਦੇ 'ਚ ਇੰਸਪੀਰੇਸ਼ਨ ਬਹੁਤ ਮਿਲਦੀ ਹੈ ਮੋਟੀਵੇਸ਼ਨ ਬਹੁਤ ਮਿਲਦੀ ਹੈ ਬੱਚਾ ਇੱਕ ਛੋਟਾ ਕਹਿੰਦਾ ਵਾਈ ਹੀ ਵਾਈ ਨੋਟ ਮੀ ਉਹ ਕਰ ਸਕਦਾ ਮੈਂ ਕਿਉਂ ਨਹੀਂ ਕਰ ਸਕਦਾ ਇਸ ਤਰੀਕੇ ਨਾਲ ਜਦੋਂ ਚੇਂਜ ਆਉਣੀ ਸ਼ੁਰੂ ਹੋ ਜਾਵੇ ਤਾਂ ਆਈ ਥਿੰਕ ਇੱਕ ਜ਼ਰੀਆ ਜਿਹਦੇ ਵਿੱਚ ਅਸੀਂ ਬਗੈਰ ਕੋਈ ਤਾਕਤ ਲਾਏ ਹੋਏ ਇਹ ਦਿਖਾ ਦਿਖਾ ਕੇ ਚੀਜ਼ਾਂ ਅਸੀਂ ਕਰ ਸਕਦੇ ਦੂਜੀ ਗੱਲ ਹੈ
go to national museums. Ludhiana ਬਹੁਤ ਅੱਛਾ ਬਣਿਆ ਹੈਗਾ, ਅੰਮ੍ਰਿਤਸਰ ਬਹੁਤ ਅੱਛਾ ਬਣਿਆ ਹੈਗਾ, ਇੱਕ ਜਗ੍ਹਾ ਹੈਗੀ ਛਾਪਨਛੁਰੀ, ਉੱਥੇ ਬਹੁਤ ਅੱਛਾ ਬਣਿਆ ਹੈਗਾ। ਜਦ ਤੱਕ ਬੱਚੇ ਨੂੰ ਪਤਾ ਨਾ ਹੋਵੇਗਾ ਕਿ ਇਹ ਸਾਡੇ ਪੁਰਾਣੇ ਮਿਊਜ਼ੀਅਮ ਦੇ ਵਿੱਚ ਇਹ ਚੀਜ਼ਾਂ ਰੱਖੀਆਂ, ਇਹ ਕਿਉਂ ਰੱਖੀਆਂ, 1965 ਵਾਰ ਦੀ ਹੈ, 71 ਦੀ ਹੈਗੀਆਂ, 1999 ਦੀ ਹੈਗੀਆਂ, ਫਸਟ ਵਰਲਡ ਵਾਰ ਦੀ ਹੈਗੀਆਂ, 1919 ਦੀ, 1945 ਦੀ। ਸੀ ਵੈਨ ਯੂ ਸੀ ਆਲ ਦੀਸ ਥਿੰਗਸ, ਇੰਨੀਆਂ ਚੀਜ਼ਾਂ ਦੇਖਦੇ ਹੋ ਅਤੇ ਇੱਕ ਇੰਸਪੀਰੇਸ਼ਨ ਜਾਗਦੀ ਹੈ। ਇਹ ਕੌਮੀ ਏਕਤਾ ਤਾਂ ਕਰਕੇ ਆਉਂਦੇ, ਛੋਟਾ ਬੱਚਾ ਪੁੱਛਦਾ, ਹਰ ਬੱਚਾ ਤੁਹਾਨੂੰ ਬਾਜ਼ਾਰ ਦੇ ਚੱਲਦੇ ਚੱਲਦੇ ਹਰ ਚੀਜ਼ ਪੁੱਛਦਾ, ਜਦੋਂ ਇਹ ਸਾਰੀਆਂ ਚੀਜ਼ਾਂ ਦੇਖੇਗਾ ਜਾਂ ਕੋਈ ਵੱਡਾ ਆਦਮੀ ਦੇਖੇਗਾ। ਸਕੂਲ ਦੇ ਬੱਚੇ ਲੈ ਕੇ ਜਾਓ, ਦਿਖਾਓ ਉਹਨਾਂ ਨੂੰ, ਇੰਸਪੀਰੇਸ਼ਨ ਦਿਖਾਓ। ਸਕੂਲ ਦੇ ਵਿੱਚ ਇੱਕ ਦੋ ਪੀਰੀਅਡ ਕੱਟ ਕਰਕੇ ਉਹਨਾਂ ਦੀ NCC ਦੀ ਪਰੇਡ ਹੋਣੀ ਚਾਹੀਦੀ ਹੈ, ਔਰ ਫੌਜੀ ਇੰਸਟੀਟਿਊਸ਼ਨ ਜਾ ਕੇ ਉਹਨਾਂ ਦਿਖਾਉਣਾ ਚਾਹੀਦਾ। ਵਾਹਗਾ ਬਾਰਡਰ ਤੋਂ ਜਾ ਕੇ ਦੇਖੋ, ਲੜਕੀਆਂ ਵੀ ਉਹੀ ਕੰਮ ਕਰਦੀਆਂ ਜਿਸ ਤਰੀਕੇ ਨਾਲ ਮੁੰਡੇ ਕੰਮ ਕਰਦੇ, ਜਿਹੜੇ ਸਾਡੇ ਕੋਈ ਫਰਕ ਨਹੀਂ ਹੈਗਾ ਉਹਦੇ ਵਿੱਚ। ਹੁਣ ਇਸੇ ਕਰਕੇ ਇੰਸਪੀਰੇਸ਼ਨ ਆਈਆਂ, ਸਾਡੀ ਪੋਲਿਸੀ ਚੇਂਜ ਹੋਈਆਂ, ਹੁਣ ਤਾਂ ਫੌਜ ਦੇ ਵਿੱਚ ਰੈਗੂਲਰ ਤਰੀਕੇ ਨਾਲ ਲੜਕੀਆਂ ਫੌਜ ਦੇ ਵਿੱਚ ਆਉਣੀਆਂ ਸ਼ੁਰੂ ਹੋ ਗਈਆਂ ਹੈਗੀਆਂ। ਪਹਿਲਾਂ ਸਿਰਫ AMC 'ਚ ਜਾਂਦੇ ਸੀ ਮੈਡੀਕਲ ਕੋਰ ਦੇ ਵਿੱਚ, ਹੁਣ BSF 'ਚ ਆ ਗਈ, ITBP 'ਚ ਆ ਗਈ, ਔਰ ਇਹਨਾਂ ਨੇ ਬਹੁਤ ਬਹੁਤ ਅੱਛੇ ਕ੍ਰਿਸ਼ਮੇ ਪੈਦਾ ਕੀਤੇ। ਕਮਾਂਡਰ ਸਾਹਿਬ, ਜਿੱਥੇ ਸਾਡੇ ਦੇਸ਼ ਨੇ ਕੁੜੀਆਂ ਦੇ ਲਈ ਵੀ ਰਾਹ ਖੋਲ੍ਹ ਦਿੱਤੇ ਫੌਜ ਦੇ, ਉੱਥੇ ਵਿਦੇਸ਼ਾਂ ਦੇ ਰਾਹ ਬਹੁਤ ਖੁੱਲ੍ਹ ਗਏ। ਇਸ ਸਵਾਲ ਦੇ ਉੱਤੇ ਬਾਅਦ ਦੇ ਵਿੱਚ ਆਉਂਦੇ ਹਾਂ, ਪਹਿਲਾਂ ਇੱਕ ਕਾਲਰ ਆ ਚੁੱਕੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ, ਦੇ ਲੀਡਰ ਹੈ ਨਾ, ਇਹ ਇੱਧਰ ਨੂੰ ਧਿਆਨ ਨਹੀਂ ਦੇ ਰਹੇ, ਸਿਰਫ ਤੇ ਸਿਰਫ ਸਾਡੇ ਮਤਲਬ ਆਪਣੇ ਆਪਣੇ ਹੀ ਝੋਲੀਆਂ ਭਰ ਰਹੇ ਹੈ। ਇੱਕ ਸਿਰਫ ਦਿਖਾਵਾ, ਮਹਿਜ ਡਰਾਮਾ ਹੀ ਹੈ ਜੀ, ਵੀ ਅਸੀਂ ਕੌਮੀ ਏਕਤਾ ਮਨਾ ਰਹੇ ਹਾਂ, ਪਰ ਜਾਣੀ ਪ੍ਰੈਕਟੀਕਲੀ ਜਿਹੜੀ ਹੈਗੀ ਹੈ, ਪ੍ਰੈਕਟੀਕਲ ਬਹੁਤ ਦੂਰ ਹੈਗਾ ਜੀ। ਹਾਂਜੀ ਹਾਂਜੀ, ਇਹ ਹੈਗੀ ਹੈ ਮਤਲਬ ਬੜੀ ਘਾਟ ਹੈ। ਇਹ ਲੋਕਾਂ ਨੂੰ ਸੁਣਿਆ ਕਿ ਜਿਹੜੇ ਮਤਲਬ ਸਾਡੀ ਐਜੂਕੇਸ਼ਨ ਹੈ, ਇਹਦੇ ਵਿੱਚ ਬੱਚਿਆਂ ਨੂੰ ਛੋਟੇ ਹੁੰਦਿਆਂ ਨੂੰ ਹੀ ਦੱਸਿਆ ਜਾਵੇ ਕਿ ਭਾਈ ਮਤਲਬ ਐਜੂਕੇਸ਼ਨ ਵਿੱਚ ਆਪਣੇ ਸੂਰਬੀਰਾਂ ਦੀਆਂ, ਯੋਧਿਆਂ ਦੀਆਂ, ਫੌਜੀਆਂ ਦੀਆਂ, ਭਗਤ ਸਿੰਘ, ਊਧਮ ਸਿੰਘ, ਅੱਗੇ ਇਹੋ ਜਿਹੇ ਚੈਪਟਰ ਹੁੰਦੇ ਸੀ ਕਲਾਸਾਂ ਦੇ ਵਿੱਚ, ਅੱਜ ਬਿਲਕੁਲ ਹੀ ਹੈ ਨਹੀਂ ਜੀ। ਭਜਨ ਸਿੰਘ ਜੀ, ਸ਼ੁਕਰੀਆ ਕਾਲ ਕਰਨ ਦੇ ਲਈ। ਭਜਨ ਸਿੰਘ ਜੀ, ਬਹੁਤ ਅੱਛਾ ਤੁਸੀਂ ਸਵਾਲ ਕੀਤਾ, ਔਰ ਇਹ ਸਵਾਲ ਦਿਲ ਨੂੰ ਛੂਹਣ ਵਾਲਾ ਹੈ। ਤੁਸੀਂ ਮੈਨੂੰ ਦੱਸੋ, ਸਾਡੀਆਂ ਅੰਗਰੇਜ਼ਾਂ ਦੀਆਂ ਇੰਨੀਆਂ ਸਾਨੂੰ ਲੁੱਟ ਕੇ ਲੈ ਗਏ, ਐਂਡ ਉਸ ਤੋਂ ਪਹਿਲਾਂ ਛੋਟੇ ਛੋਟੇ ਰਿਆਸਤਾਂ ਸੀ, ਉਹਦੇ ਹਰ ਥਾਂ ਦਾ ਆਪਣਾ ਰੂਲਰ ਸੀ, ਆਪਣਾ ਹੀ ਰਾਜਾ ਸੀ ਉਹਨਾਂ ਦੇ ਵਿੱਚ, ਸ਼ੁਰੂਆਤ ਤੋਂ ਲੈ ਕੇ ਜਦੋਂ ਤੁਸੀਂ ਦੇਖੋ ਮੁਹੰਮਦਨ ਦੇ ਐਡੇ ਵੱਡੇ ਵੱਡੇ ਜਿਹੜੇ ਆਈ ਵੁੱਡ ਕਾਲ ਮੁਹੰਮਦ ਗੌਰੀ ਜਾਂ ਗਜ਼ਵਨੀ, 19-20-30 ਵਾਰ ਆ ਕੇ ਲੁੱਟ ਲੁੱਟ ਕੇ ਵਾਪਸ ਲੈ ਗਏ ਤੁਹਾਰ ਇੱਕ ਚੀਜ਼, ਅਸੀਂ ਚੁੱਪ ਕਰਕੇ ਬੈਠੇ ਰਹੇ, ਨੋਨ ਵਾਇਲੈਂਸ ਦੀ ਸਾਡੀ ਪੋਲਿਸੀ, ਯੂ ਆਰ ਥਿੰਕਿੰਗ ਹੋ ਜਾਏਗਾ ਹੋ ਜਾਏਗਾ ਹੋ ਜਾਏਗਾ, ਅਸੀਂ ਕਦੀ ਪਹਿਲ ਨਹੀਂ ਕੀਤੀ, ਅਸੀਂ ਕਦੀ ਪਹਿਲ ਨਹੀਂ ਕੀਤੀ ਕਿਸੇ ਦੂਸਰੇ ਦੇਸ਼ ਦੇ ਉੱਪਰ, ਐਜ਼ ਔਨ ਲੇਟੈਸਟ ਵੀ ਜੋ ਸਾਡੀ ਸਿਚੁਏਸ਼ਨ ਹੈ, ਅਸੀਂ ਵੀ ਸਾਡੇ ਕੋਲ ਇੰਨੀ ਤਾਕਤ ਹੋਣ ਦੇ ਬਾਵਜੂਦ ਵੀ ਅਸੀਂ ਕਿਤੇ ਨਹੀਂ, ਅਸੀਂ ਵਿਦੇਸ਼ਾਂ ਜਿਹੜੇ ਜਾ ਰਹੇ ਹਨ, ਦੈਟ ਇਜ਼ ਅ ਬ੍ਰੇਨ ਡਰੇਨ। ਮੈਂ ਗੱਲ ਇਹ ਕਰਨਾ ਚਾਹੁੰਦਾ, ਸਾਡੇ ਤਰਫੋਂ ਨੋਨ ਵਾਇਲੈਂਸ ਦੀ ਪੋਲਿਸੀ ਮੁਤਾਬਿਕ ਕਿਸੇ ਸਾਡੇ ਕੰਟਰੀ ਨੇ ਕਿਸੇ ਕੰਟਰੀ ਦੇ ਉੱਪਰ ਵਾਰ ਨਹੀਂ ਕੀਤੀ। ਹੁਣ ਸਵਾਲ ਇਹ ਆ ਜਾਂਦਾ, ਇੱਕ ਪ੍ਰਸ਼ਨ ਆਇਆ ਸੀ ਕਿ ਕਿੱਦਾਂ ਆ ਸਕਦੀ ਹੈ, ਕਿੱਦਾਂ ਆ ਸਕੇਗੀ, ਹਰ ਥਾਂ ਦੇ ਉੱਪਰ ਉਹਨਾਂ ਦੇ ਕੋਲ ਜਾ ਕੇ ਅਸੀਂ ਆਪਣੇ ਵੀਜ਼ੇ ਬਣਵਾਉਂਦੇ ਹਾਂ ਜੇ ਸਾਨੂੰ ਰੂਲ ਕਰਕੇ ਗਏ। 200 ਸਾਲ ਉਹਨਾਂ ਰੂਲ ਕੀਤਾ, 1857 ਦਾ ਜਿਹੜਾ ਯੁੱਧ ਹੋਇਆ, ਲੜਾਈ ਹੋਈ, ਉਸ ਵੇਲੇ ਜੇ ਅਸੀਂ ਸਾਰੇ ਇਕੱਠੇ ਹੋ ਜਾਂਦੇ ਤਾਂ ਸ਼ਾਇਦ ਸਾਡਾ ਮੁਲਕ 100 ਸਾਲ ਪਹਿਲਾਂ, ਸਾਨੂੰ ਫਖਰ ਆ ਜਾਣਾ ਸੀ ਕਿ ਅਸੀਂ ਆਜ਼ਾਦ ਹੋ ਗਏ ਅੱਗੇ। ਹੁਣ ਸਾਡੇ ਕੋਲ ਉਹ ਕੱਠਪਲ ਨਹੀਂ ਸੀ, ਸਰਦਾਰ ਪਟੇਲ ਨੇ 682 ਰਿਆਸਤਾਂ ਨੂੰ ਇਕੱਠਾ ਕੀਤਾ ਸੀ, ਇਸ ਕਰਕੇ ਹੀ ਇਜ਼ ਆਇਰਨ ਮੈਨ, ਇਸ ਕਰਕੇ ਅਸੀਂ ਉਹਨਾਂ ਯਾਦ ਕਰਦੇ ਹਾਂ ਜੋ ਉਹ ਕੰਮ ਕਰ ਚੁੱਕੇ ਨੇ। ਅੱਜ ਕੱਲ੍ਹ ਦੇ ਹਾਲਾਤ ਮੈਨੂੰ ਕਹਿਣ ਦੇ ਵਿੱਚ ਕੋਈ ਮਹਿਸੂਸ ਨਹੀਂ ਹੋ ਰਿਹਾ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਸੇ ਤਰੀਕੇ ਨਾਲ ਹੀ ਵੱਖਰਾ ਹੋ ਜਾਏ ਜਿਸ ਤਰ੍ਹਾਂ ਪਹਿਲਾਂ ਬਣਿਆ ਸੀ। ਡਸ ਨੋਟ ਡੂ ਦੈਟ। ਔਰ ਕਮਾਂਡਰ ਸਾਹਿਬ, ਤੁਸੀਂ ਇੰਨੀ ਫੋਰਸਿਸ ਵਿੱਚ ਕੰਮ ਕੀਤਾ, ਅਤੇ ਜਿਹੜਾ ਕੌਮੀ ਦਿਵਸ ਹੈ ਉਹ ਡਿਫੈਂਸ ਫੋਰਸਿਸ ਵਿੱਚ ਕਿਵੇਂ ਮਨਾਇਆ ਜਾਂਦਾ? ਦੇਖੋ ਜੀ, ਉੱਥੇ ਹਰ ਰੋਜ਼ ਹੀ ਮਨਾਇਆ ਜਾਂਦਾ, ਉੱਥੇ ਹਰ ਆਦਮੀ ਇਕੱਠਾ ਖਾਣਾ ਖਾਂਦਾ, ਜਦੋਂ ਸੈਨਿਕ ਸੰਮੇਲਨ ਹੁੰਦੇ ਪੂਰੇ ਯੂਨਿਟ ਦੇ, ਮੇਰੇ ਕੋਲ 1200 ਬੰਦਾ ਸੀ, ਹਰ 1200 ਬੰਦਾ ਇਕੱਠੇ ਸੀ, ਕਦੀ ਨਹੀਂ ਸੀ ਦੇਖਿਆ ਇਹ ਸਫਾਈ ਕਰਮਚਾਰੀ ਹੈ, ਲੋ ਇਹ ਜਵਾਨ ਹੈ, ਹਰ ਬੰਦੇ ਤੋਂ ਕੋਲ ਉੱਥੇ ਵੈਪਨ ਹੈ, ਹਰ ਬੰਦਾ ਉੱਥੇ ਅੱਜ ਦਿਨ ਤੱਕ ਇਹ ਸੋਚ ਨਹੀਂ ਆ ਸਕੀ ਕਿ ਸਾਨੂੰ ਕੌਮੀ ਏਕਤਾ ਉੱਥੇ ਚਾਹੀਦੀ ਹੈ, ਬਿਕਾਜ਼ ਐਵਰੀ ਡੇ ਇਟ ਇਜ਼ ਅ ਕੌਮੀ ਏਕਤਾ। ਕਦੀ ਕੋਈ ਤੁਸੀਂ ਦੇਖੋ ਤਾਂ ਇੱਕ ਨਾਰਾ ਆਵੇਗਾ ਹਰ ਬੰਦਾ ਉੱਥੇ, ਹਿੰਦੁਸਤਾਨ ਜ਼ਿੰਦਾਬਾਦ, ਉੱਚੀ ਜਿਹੀ ਆਵਾਜ਼ ਦੇ ਵਿੱਚ। ਸਾਨੂੰ ਸ਼ਰਮ ਆਉਂਦੀ ਹੈਗੀ ਹੈ, ਸਾਨੂੰ ਸ਼ਰਮ ਇਹ ਵੀ ਆਉਂਦੀ ਹੈਗੀ ਹੈ ਕਿ ਅਸੀਂ ਕਿਸੇ ਨਾਲ ਗੱਲ ਕਰਦੇ ਹਾਂ, ਸਾਨੂੰ ਕਹਿੰਦੇ
ਜੀ ਮੇਰਾ ਹੱਥ ਅੰਗਰੇਜ਼ੀ 'ਚ ਮੈਂ ਅੰਗਰੇਜ਼ੀ ਆਉਂਦੀ ਹੈ ਪਰ ਮੇਰਾ ਹੱਥ ਹਿੰਦੀ ਦੇ ਤੰਗ ਹੈ ਜੀ ਮੈਂ ਮੈਨੂੰ ਸ਼ਰਮ ਤੁਸੀਂ ਇੱਕ ਚੀਜ਼ ਇਹ ਸੋਚੋ ਕਿ ਸਾਡੀ ਮਾਤਰ ਭਾਸ਼ਾ ਹਿੰਦੀ ਹੈ ਜੇ ਅਸੀਂ ਆਪਣੀ ਪੰਜਾਬੀ ਦੇ 'ਚ ਹੀ ਗੱਲ ਕਰਾਂਗੇ ਚਲੋ ਉਹ ਵੀ ਠੀਕ ਹੈ ਉਹ ਵੀ ਤੁਹਾਡੀ ਮਾਤਰ ਭਾਸ਼ਾ ਪਰ ਅਸੀਂ ਕਹਿੰਦੇ ਜੀ ਸਾਨੂੰ ਸ਼ਰਮ ਆਉਂਦੀ ਹੈ ਮੇਰੀ ਜੀ ਅੰਗਰੇਜ਼ੀ ਚੰਗੀ ਹੈਗੀ ਮੈਂ ਅੰਗਰੇਜ਼ੀ ਅੰਗਰੇਜ਼ ਤਾਂ ਖੁਸ਼ ਹੁੰਦੇ ਜਿਹੜਾ ਸਾਨੂੰ ਰੂਲ ਕਰਕੇ ਲੈ ਕੇ ਗਏ ਉਹ ਤਾਂ ਫਿਰ ਵੀ ਸਾਨੂੰ ਉਸ ਤਰੀਕੇ ਨਾਲ ਹੀ ਕੰਪੈਲ ਕਰ ਦੇਣ ਵੀ ਇਹ ਬ੍ਰੇਨ ਡਰੇਨ ਹੋ ਗਿਆ ਉਹ ਚੀਜ਼ਾਂ ਦੇਖੋ ਸਾਡੇ ਬੰਦੇ ਜਾ ਕੇ ਉੱਥੇ ਉਹਨਾਂ ਨੇ ਨੋਬਲ ਪ੍ਰਾਈਜ਼ ਵਿਨ ਕਰ ਲਿਆ ਤੁਸੀਂ ਦੇਖੋ ਪੰਜ ਛੇ ਸੱਤ ਸਾਡੇ ਨੋਬਲ ਪ੍ਰਾਈਜ਼ ਵਿਨਰਸ ਹੈਗੇ ਪਰ ਇੱਥੇ ਕਦਰ ਕੋਈ ਨਹੀਂ ਹੈਗੀ ਉੱਥੇ ਕਦਰ ਬਹੁਤ ਪੈਂਦੀ ਹੈਗੀ ਹੈ ਇਸ ਕਰਕੇ ਬ੍ਰੇਨ ਡਰੇਨ ਰੁਕਣਾ ਚਾਹੀਦਾ ਹੈਗਾ ਸਾਨੂੰ ਜੇ ਸਾਡੇ ਮੁਲਕ ਦੇ ਵਿੱਚ ਦੂਜੇ ਦੇਸ਼ਾਂ ਤੋਂ ਲੋਕ ਨਾ ਦੂਜੇ ਪ੍ਰਦੇਸ਼ਾਂ ਤੋਂ ਲੋਕ ਨਾ ਸਾਡੀਆਂ ਫਸਲਾਂ ਵੀ ਨਹੀਂ ਹੋ ਸਕਦੀਆਂ ਜੀ ਜੀ ਕਮੰਡੈਂਟ ਸਾਹਿਬ ਸਮਾਂ ਥੋੜ੍ਹਾ ਰਹਿ ਗਿਆ ਜਾਂਦੇ ਜਾਂਦੇ ਕੋਈ ਖਾਸ ਸੰਦੇਸ਼ ਸਾਡੇ ਦਰਸ਼ਕਾਂ ਦੇ ਲਈ ਦੇਖੋ ਜੀ ਇੱਕ ਫੋਕਸ ਹੋਣਾ ਚਾਹੀਦਾ ਹੈ ਜਬ ਸੇ ਮੈਂ ਚਲਾ ਹੂੰ ਮੰਜ਼ਿਲ ਪੇ ਮੇਰੀ ਨਜ਼ਰ ਹੈ ਰਾਸਤੇ ਮੈਂ ਕਭੀ ਮੀਲ ਕਾ ਪੱਥਰ ਨਹੀਂ ਦੇਖਾ ਸਾਨੂੰ ਚਿਚਕ ਰਹਿੰਦੀ ਹੈ ਕੀ ਕਰਨਾ ਬੱਚਿਆਂ ਨੂੰ ਤੁਸੀਂ ਸ਼ੁਰੂਆਤ ਵਿੱਚ ਇਕੱਠਾ ਹੋ ਕੇ ਚਲੋ ਉਹ ਵੀ ਤਾਂ ਬੱਚੇ ਚੜ ਗਏ ਹਿਮਾਲਿਆ ਦੇ ਜਿਹਨਾਂ ਦੇ ਲੱਤਾਂ ਨਹੀਂ ਹੈਗੀਆਂ ਇੰਸਪੀਰੇਸ਼ਨ ਹੈਗੀ ਹੈ ਜੇ ਜਾਗਰੂਕਤਾ ਰਵੇ ਤਾਂ ਆਈ ਥਿੰਕ ਐਵਰੀਥਿੰਗ ਇਜ਼ ਪੋਸੀਬਲ ਸਾਨੂੰ ਚਿਚਕ ਨਹੀਂ ਹੁੰਦੀ ਸਾਡੇ ਬੱਚਿਆਂ ਦੇ ਚਿਚਕ ਹੈਗੀ ਹੈ ਔਰ ਕਮਾਂਡਰ ਸਾਹਿਬ ਤੁਸੀਂ ਸਾਡੇ ਨਾਲ ਸ਼ਾਮਿਲ ਹੋਏ ਸਾਡੇ ਦਰਸ਼ਕਾਂ ਨਾਲ ਗੱਲਾਂ ਕੀਤੀਆਂ ਜੀ ਬਿਲਕੁਲ ਸ਼ੁਕਰੀਆ ਅੰਬਰ ਹੇਠਾਂ ਧਰਤੀ ਵਸਦੀ ਇੱਥੇ ਹਰ ਰੁੱਤ ਵਸਦੀ ਕਿੰਨਾ ਸੋਹਣਾ ਦੇਸ਼ ਹੈ ਮੇਰਾ ਪਿਆਰੇ ਦਰਸ਼ਕੋ ਤੁਸੀਂ ਇਸ ਪ੍ਰੋਗਰਾਮ ਦੇ ਨਾਲ ਜੁੜੇ ਆਪ ਜੀ ਇਸ ਪ੍ਰੋਗਰਾਮ ਦੇ ਵਿੱਚ ਆਏ ਬਹੁਤ ਬਹੁਤ ਸ਼ੁਕਰੀਆ ਮੈਂ ਬੜਾ ਮਸ਼ਕੂਰ ਹਾਂ ਜੀ ਤੁਹਾਡਾ ਸੋ ਨਾਈਸ ਗੁੱਡ ਸੋਹਣੇ ਸੂਰਮੇ ਜਵਾਨ ਕਰਦੇ ਨੇ ਹੱਥ